दोस्तों आज आप स्ट्रक्चर कर रहे हैं जी लेट वाली लेट लेट स्ट्रक्चर दे विच हुंदा की है यूज ऑफ लेट एक की हुंदा है लेट दे विच की है पंजाबी दी हैगी आज्ञा लेनी या आज्ञा दवानी ए लेट है लेट दा मीनिंग है पंजाबी च समझो कि आज्ञा लेनी या आज्ञा दवानी ए लेट दे विच आउंदा है ठीक है जी अगे च खासियत की कुछ आउंदी है अपने कोल इहदे विच अपने कोल सब्जेक्ट हुंदा है जिहड़ा जी ਆਪਾਂ ਹਰ ਇੱਕ ਸੈਂਟੈਂਸ 'ਚ ਕਰਦੇ ਸੀਗੇ ਉਹ ਨਹੀਂ ਲੱਗੂਗਾ ਜੀ ਇਹਦੇ ਵਿੱਚ ਜੋ ਲੱਗੂਗਾ ਉਹ ਹੈਗਾ ਓਬਜੈਕਟ ਇਹਨੂੰ ਯੂਜ਼ ਕਰਾਂਗੇ ਆਪਾਂ ਠੀਕ ਹੈ ਜੀ ਇਹਦੀ ਕੰਡੀਸ਼ਨਸ ਕੀ ਨੇ ਆਪਾਂ ਹੁਣੇ ਪੜ੍ਹਦੇ ਹਾਂ ਜੀ ਪਰ ਇਹਨੀ ਗੱਲ ਸਮਝੋ ਲੈਟ ਹੁੰਦਾ ਕੀ ਆ ਆਗਿਆ ਲੈਣੀ ਜਾਂ ਆਗਿਆ ਦਵਾਉਣੀ ਇਹ ਯੂਜ਼ ਆਫ ਲੈਟ ਅੱਗੇ ਆਪਾਂ ਸਮਝਾਂਗੇ ਲੈਟ ਦਾ ਮੀਨਿੰਗ ਸਮਝ ਲਿਆ ਆਪਾਂ ਜੀ ਕੰਡੀਸ਼ਨ ਕੀ ਹੈ ਲਓ ਜੀ ਕੰਡੀਸ਼ਨ ਇਹਦੀ ਹੈ ਜੀ ਪਹਿਲਾ ਨੰਬਰ 'ਤੇ ਲੱਗਣਾ ਜੀ ਲੈਟ ਸਭ ਤੋਂ ਸ਼ੁਰੂਆਤ ਦੇ ਵਿੱਚ ਸੈਂਟੈਂਸ ਦੇ ਕੋਈ ਵੀ ਉਸ ਤੋਂ ਬਾਅਦ ਯੂਜ਼ ਹੋਊਗਾ ਜੀ ਓਬਜੈਕਟ ਉਸ ਤੋਂ ਬਾਅਦ ਵਰਬ ਲੱਗੇਗਾ ਜੀ ਫਸਟ ਫਾਰਮ ਠੀਕ ਹੈ ਜੀ ਇਹਦੀ ਖਾਸੀਅਤ ਹੈ ਕੰਡੀਸ਼ਨ ਹੈ ਜਿਹੜੇ ਫਾਰਮੂਲਾ ਸਮਝ ਲਓ ਕਿ ਲੈਟ ਯੂਜ਼ ਹੋਊਗਾ ਉਸ ਤੋਂ ਬਾਅਦ ਓਬਜੈਕਟ ਯੂਜ਼ ਕਰਾਂਗੇ ਫਿਰ ਕਰਾਂਗੇ ਵਰਬ ਦੀ ਫਸਟ ਫਾਰਮ ਪਰ ਆਪਾਂ ਇਹਦੇ ਵਿੱਚ ਗੱਲ ਕੀਤੀ ਸੀ ਕਿ ਸਬਜੈਕਟ ਨਹੀਂ ਲੱਗਦਾ ਪਰ ਸਬਜੈਕਟ ਤਾਂ ਹਰ ਇੱਕ ਸੈਂਟੈਂਸ ਦੇ ਵਿੱਚ ਆਪਾਂ ਨੂੰ ਦਿਖੂਗਾ ਪਰ ਸਬਜੈਕਟ ਨੂੰ ਯੂਜ਼ ਕਿਸ ਤਰ੍ਹਾਂ ਕਰਨਾ ਉਹ ਤਰੀਕਾ ਦੇਖੋ ਜੀ ਜਿਵੇਂ ਆਪਣੇ ਕੋਲ ਕੋਈ ਸਬਜੈਕਟ ਮਿਲੂਗਾ ਉਹਨੂੰ ਆਪਾਂ ਓਬਜੈਕਟ ਬਣਾਉਣਾ ਕਿਸ ਤਰ੍ਹਾਂ ਜੇ ਆਪਣੇ ਕੋਲ ਆਈ ਹੈ ਤਾਂ ਜਿਵੇਂ ਮਤਲਬ ਕਿ ਮੈਂ ਹੈ ਮੈਂ ਲਿਖਿਆ ਆਊਗਾ ਕਿਤੇ ਪੰਜਾਬੀ ਦੇ ਵਿੱਚ ਆਈ ਹੈ ਤਾਂ ਉਹਨੂੰ ਮੀ ਦੇ ਵਿੱਚ ਲਿਖਾਂਗੇ ਆਪਾਂ ਜੇ ਆਪਣੇ ਕੋਲ ਵੀ ਹੈ ਤਾਂ ਅਸ ਦੇ ਵਿੱਚ ਲਿਖਾਂਗੇ ਅਗਰ ਆਪਣੇ ਕੋਲ ਹੀ ਹੈ ਤਾਂ ਉਹਨੂੰ ਲਿਖਾਂਗੇ ਹਿਮ ਦੇ ਵਿੱਚ ਅਗਲਾ ਆਪਣੇ ਕੋਲ ਸ਼ੀ ਹੈ ਸ਼ੀ ਨੂੰ ਲਿਖਾਂਗੇ ਆਪਾਂ ਹਰ ਦੇ ਵਿੱਚ ਹੋਰ ਆਪਣੇ ਕੋਲ ਯੂ ਹੈ ਤਾਂ ਆਪਾਂ ਯੂ ਨੂੰ ਯੂ ਦੇ ਵਿੱਚ ਹੀ ਰੱਖਾਂਗੇ ਇੱਟ ਮਿਲ ਸਕਦਾ ਇੱਟ ਮਿਲਿਆ ਤਾਂ ਇੱਟ ਨੂੰ ਵੀ ਇੱਟ ਦੇ ਵਿੱਚ ਰੱਖਾਂਗੇ ਇਹ ਆਪਣੇ ਕੋਲ ਕੀ ਕੁਛ ਖਾਸ ਚੀਜ਼ਾਂ ਨੇ ਜਿਵੇਂ ਕਿ ਸਬਜੈਕਟ ਹੁੰਦਾ ਜਿਵੇਂ ਉਹ ਚੇਂਜ ਹੋਊਗਾ ਓਬਜੈਕਟ ਦੇ ਵਿੱਚ ਠੀਕ ਹੈ ਜੀ ਆਪਾਂ ਲੱਭਾਂਗੇ ਕਿਸ ਤਰ੍ਹਾਂ ਸੈਂਟੈਂਸ ਕਰਾਂਗੇ ਜਦੋਂ ਪਤਾ ਲੱਗ ਜੂ ਆਪਾਂ ਨੂੰ ਪਰ ਅਸੀਂ ਯਾਦ ਰੱਖਿਓ ਜੇ ਆਈ ਮਿਲਦਾ ਪਿਆ ਤਾਂ ਮੀ ਲਿਖਾਂਗੇ ਵੀ ਮਿਲਦਾ ਤਾਂ ਅਸ ਲਿਖਾਂਗੇ ਹੀ ਮਿਲਦਾ ਤਾਂ ਹਿਮ ਲਿਖਾਂਗੇ ਸ਼ੀ ਮਿਲਦਾ ਤਾਂ ਹਰ ਲਿਖਾਂਗੇ ਯੂ ਮਿਲਦਾ ਯੂ ਰਹੂਗਾ ਇੱਟ ਮਿਲਦਾ ਤਾਂ ਇੱਟ ਰਹੂਗਾ ਕੰਡੀਸ਼ਨ ਪਤਾ ਲੱਗ ਗਈ ਆਪਾਂ ਨੂੰ ਲੈਟ ਓਬਜੈਕਟ ਵਰਬ ਦੀ ਫਸਟ ਫਾਰਮ ਇਹ ਚੀਜ਼ਾਂ ਆਪਾਂ ਜਦੋਂ ਉੱਥੇ ਸੈਂਟੈਂਸ ਬਣਾਵਾਂਗੇ ਆਪਾਂ ਨੂੰ ਲੋੜ ਪੈਣਗੀਆਂ ਆਪਾਂ ਉਹਦੇ ਅਕੋਰਡਿੰਗ ਚੱਲਾਂਗੇ ਚੱਲਣ ਦੇ ਨਾਲ ਆਪਣਾ ਸੈਂਟੈਂਸ ਆਪਣਾ ਕੀ ਹੈ ਈਜ਼ਲੀ ਬਣ ਜੂਗਾ ਅੱਗੇ ਆਪਾਂ ਕੀ ਸੈਂਟੈਂਸ ਕਰਦੇ ਕਿ ਛੋਟਾ ਜਿਹਾ ਬਸ ਯਾਦ ਰੱਖਣਾ ਲੈਟ ਵਾਲੀ ਜਿਹੜੀ ਸਟਰਕਚਰ ਹੁੰਦੀ ਹੈ ਇਹਦੇ ਵਿੱਚ ਹਮੇਸ਼ਾ ਓਬਜੈਕਟ ਯੂਜ਼ ਹੁੰਦਾ ਹੈ ਬਸ ਨਾਲ ਇਹ ਵੀ ਯਾਦ ਰੱਖਿਓ ਜਦੋਂ ਕੋਈ ਕੰਮ ਕਰਦਾ ਹੋਵੇ ਉਹਨੂੰ ਹਟਾ ਦਈਏ ਤਾਂ ਦੁਬਾਰਾ ਕਰਨ ਲੱਗ ਜਾਵੇ ਤਾਂ ਆਪਾਂ ਕੀ ਲੈਟ ਵਾਲੀ ਸਟਰਕਚਰ ਯੂਜ਼ ਕਰਨੀ ਹੈ ਜਿਵੇਂ ਕੋਈ ਕੰਮ ਕਰੀ ਜਾਂਦਾ ਸੀ ਉਹਨੂੰ ਹਟਾ ਤਾ ਆਪਾਂ ਉਹ ਕਹਿੰਦਾ ਮੈਨੂੰ ਕੰਮ ਕਰਨ ਦਿਓ ਜੀ ਆਹ ਹੈ ਨਾ ਤਾਂ ਉਦੋਂ ਆਪਾਂ ਸਮਝ ਲੈਣਾ ਇਹ ਲੈਟ ਵਾਲੀ ਸਟਰਕਚਰ ਯੂਜ਼ ਹੋ ਰਹੀ ਹੈ ਜਾਂ ਇੱਕ ਮੀਨਿੰਗ ਆਪਾਂ ਸਮਝਿਆ ਸੀ ਆਗਿਆ ਲੈਣੀ ਹੋਵੇ ਜਾਂ ਆਗਿਆ ਦਵਾਉਣੀ ਹੋਵੇ ਤਾਂ ਵੀ ਲੈਟ ਯੂਜ਼ ਹੁੰਦਾ ਹੈ ਅੱਗੇ ਇਹਦਾ ਕਰਦੇ ਹਾਂ ਆਪਾਂ ਇੱਕ ਛੋਟਾ ਜਿਹਾ ਸੈਂਟੈਂਸ ਜਿਵੇਂ ਮੈਨੂੰ ਟੀ ਵੀ ਦੇਖਣ ਦਿਓ ਠੀਕ ਹੈ ਸਿੰਪਲ ਜਿਹਾ ਜੀ ਮੈਨੂੰ ਟੀ ਵੀ ਦੇਖਣ ਦਿਓ ਪਰ ਇਹਦੇ ਵਿੱਚ ਆਪਾਂ ਪਹਿਲਾਂ ਦੇਖ ਲੈਂਦੇ ਹਾਂ ਕੰਮ ਕੀ ਹੋ ਰਿਹਾ ਮੇਨ ਕਿਉਂਕਿ ਵਰਬ ਲੱਭ ਲਈ ਆਪਾਂ ਹੈ ਨਾ ਜੀ ਵਰਬ ਲੱਭਣ ਲਈ ਆਪਾਂ ਦੇਖਿਆ ਕਿ ਆਪਣੇ ਕੋਲ ਕੰਮ ਕੀ ਹੋ ਰਿਹਾ ਜੀ ਆਪ ਮੈਨੂੰ ਟੀ ਵੀ ਹੋ ਰਿਹਾ ਦੇਖਣ ਹੋ ਰਿਹਾ ਦਿਓ ਹੋ ਰਿਹਾ ਕੰਮ ਜੀ ਦੇਖਣਾ ਹੋ ਰਿਹਾ ਤਾਂ ਵੀ ਵਨ ਲਿਖ ਲਿਆ ਆਪਾਂ ਜੀ ਸੌਖਿਆ ਜੀ ਠੀਕ ਹੈ ਇਹ 'ਚ ਸਬਜੈਕਟ ਵੀ ਦੇਖ ਰਿਹਾ ਉਹ ਤੁਹਾਨੂੰ ਕਿਸੇ ਨੂੰ ਹਾਂਜੀ ਮੈਨੂੰ ਹੈਗਾ ਜੀ ਪਰ ਆਪਾਂ ਤਾਂ ਕਿਹਾ ਸਬਜੈਕਟ ਲੱਗਦਾ ਨਹੀਂ ਪਰ ਆਪਾਂ ਇਹ ਵੀ ਕਿਹਾ ਸਬਜੈਕਟ ਕੀ ਹੋਜੂਗਾ ਚੇਂਜ ਹੋਜੂਗਾ ਓਬਜੈਕਟ ਦੇ ਵਿੱਚ ਤਾਂ ਇਹ 'ਚ ਮੈਨੂੰ ਦੀ ਇੰਗਲਿਸ਼ ਹੁੰਦੀ ਹੈ ਜੀ ਆਈ ਆਈ ਕੱਚ ਹੁੰਦਾ ਪਿਆ ਜੀ ਮੀਂਹ ਦੇ ਵਿੱਚ ਚਲੋ ਹੁਣ ਕੰਡੀਸ਼ਨ ਯੂਜ਼ ਕਰਦੇ ਹਾਂ ਪਹਿਲੇ ਨੰਬਰ 'ਤੇ ਕਹਿੰਦੇ ਲੈਟ ਲੱਗਣਾ ਬਸ ਸ਼ਾਂਤੀ ਨਾਲ ਚੁੱਪ ਕਰਕੇ ਲਾ ਦਿਓ ਜੀ ਲੈਟ ਲੈਟ ਲਾਉਣ ਤੋਂ ਬਾਅਦ ਕਹਿੰਦੇ ਓਬਜੈਕਟ ਯੂਜ਼ ਕਰਨਾ ਜੀ ਆਪਾਂ ਕਰ ਦਿੰਦੇ ਹਾਂ ਜੀ ਹੁਣੇ ਲੈਟ ਓਬਜੈਕਟ ਕਰਨਾ ਜੀ ਕੀ ਹੈ ਸਬਜੈਕਟ ਨੂੰ ਓਬਜੈਕਟ ਚੇਂਜ ਕਰਤਾ ਜੀ ਆਪਾਂ ਆਈ ਨੂੰ ਕਿਉਂਕਿ ਲੈਟ ਮੀ ਹੁਣ ਉਸ ਤੋਂ ਬਾਅਦ ਲਾਉਣਾ ਵਰਬ ਵਰਬ ਕੀ ਹੈ ਜੀ ਆਪਣੇ ਕੋਲ ਵਾਚ ਹੁਣ ਦੇਖਣਾ ਕੀ ਆਪਾਂ ਟੀ ਵੀ ਲੈਟ ਮੀ ਵਾਚ ਟੀ ਵੀ ਲਓ ਜੀ ਬਣ ਗਈ ਗੱਲ ਮੈਨੂੰ ਟੀ ਵੀ ਦੇਖਣ ਦਿਓ ਲੈਟ ਮੀ ਵਾਚ ਟੀ ਵੀ ਸੌਖਾ ਜਿਹਾ ਸੀਗਾ ਇਸ ਤਰ੍ਹਾਂ ਦੀ ਆਗਿਆ ਜਿਹੜੇ ਆਗਿਆ ਲੈਣ ਵਾਲੇ ਸੈਂਟੈਂਸ ਹੋਣਗੇ ਲੈਟ ਵਾਲੇ ਛੋਟੇ ਛੋਟੇ ਬਣਨਗੇ ਜੀ ਆਪਾਂ ਹੋਰ ਕਰਦੇ ਸੈਂਟੈਂਸ ਜੀ ਲਓ ਜੀ ਆਪਣੇ ਕੋਲ ਆ ਗਏ ਕੁਝ ਸੈਂਟੈਂਸਿਸ ਇਹਦੇ ਵਿੱਚ ਆਪਾਂ ਪਹਿਲਾਂ ਦੇਖ ਲਈਏ ਕਿ ਆਪਾਂ ਨੂੰ ਲੈਟ ਵਾਲੀ ਸਟਰਕਚਰ ਮਿਲ ਰਹੀ ਹੈ ਮੈਨੂੰ ਪੜ੍ਹਾਉਣ ਦਿਓ ਜਵਾਕਾਂ ਨੇ ਰੋਕਿਆ ਹੋਣਾ ਹੈ ਨਾ ਵੀ ਕਹਿੰਦੇ ਸਰ ਕੋਈ ਨਹੀਂ ਪੜ੍ਹਨਾ ਫਿਰ ਸਰ ਨੇ ਕੀ ਕਿਹਾ ਮੈਨੂੰ ਪੜ੍ਹਾਉਣ ਦਿਓ ਉਹਨਾਂ ਨੂੰ ਹਟਾਇਆ ਗਿਆ ਦੁਬਾਰਾ ਉਹਨਾਂ ਨੇ ਕਿਹਾ ਨਹੀਂ ਮੈਂ ਪੜ੍ਹਾਊਂਗਾ ਤਾਂ ਲੈਟ ਵਾਲੀ ਸਟਰਕਚਰ ਦੀ ਕੰਡੀਸ਼ਨ ਪੂਰੀ ਹੋ ਰਹੀ ਹੈ ਜੀ ਉਸ ਤੋਂ ਬਾਅਦ ਆਗਿਆ ਲੈ ਰਹੇ ਮੈਨੂੰ ਪੜ੍ਹਾਉਣ ਦਿਓ ਇਹਦੇ ਵਿੱਚ ਕਈ ਵਾਰੀ ਇੱਕ ਚੀਜ਼ ਹੁੰਦੀ ਹੈ ਜਾਂ ਤਾਂ ਕੀ ਆ ਆਪਾਂ ਹਟਾ ਕੇ ਬੰਦੇ ਨੂੰ ਕੰਮ ਕਰਾ ਰਹੇ ਨੇ ਠੀਕ ਹੈ ਜੀ ਉਸ ਤੋਂ ਬਾਅਦ ਕੀ ਕੰਡੀਸ਼ਨ ਲਹੂਗਾ ਆਗਿਆ ਲੈਣੀ ਹੋਵੇ ਆਪਾਂ ਕਿਸੇ ਤੋਂ ਦੋਨਾਂ 'ਚ ਇੱਕ ਸਮਝ ਲਿਆ ਕਰੋ ਆਗਿਆ ਹੋ ਰਹੀ ਹੈ ਜਾਂ ਹਟਾ ਕੇ ਉਹਨੂੰ ਕੰਮ ਕਰਨ ਦੇ ਰਹੇ ਹਾਂ ਆਪਾਂ ਠੀਕ ਹੈ ਇਹ 'ਚ ਆਪਾਂ ਹਟਾ ਕੇ ਕੰਮ ਕਰਨ ਦੇ ਰਹੇ ਹਾਂ ਓਕੇ ਹੁਣ ਇਹਦੇ ਵਿੱਚ ਲੱਭੀਏ ਪਹਿਲਾਂ ਵੀ ਲੈਟ ਵਾਲੀ ਗੱਲ ਤਾਂ ਹੈਗੀ ਹੈ ਵੀ ਪੜ੍ਹਾਉਣ ਦਿਓ ਉਸ ਤੋਂ ਬਾਅਦ ਕੰਮ ਕੀ ਹੋ ਰਿਹਾ ਜੀ ਇਹਦੇ ਵਿੱਚ ਕੰਮ ਹੋ ਰਿਹਾ ਜੀ ਪੜ੍ਹਾਉਣਾ ਪੜ੍ਹਾਉਣਾ ਕੰਮ ਹੋ ਰਿਹਾ ਪਤਾ ਲੱਗ ਗਿਆ ਇਹ ਹੋ ਗਿਆ ਵੀ ਵਨ ਆਪਣੇ ਕੋਲ
ठीक है ओके। पहला आपां देख रहे जी सबजैक्ट, पर आपां नूं क्या सी सबजैक्ट क्या चेंज होंदी है जी ओबजैक्ट दे विच, तां मैं जिहड़ा लैट मैनू हुंदा जी मैनू हुंदा आई, ये होगा मी दे विच चेंज, सौखा जी आपां तां टेंस बना दिंदे हुणे जी। चलो पहला लैट तां यूज़ करना ही करना जी लैट, उस तों बाद सबजैक्ट का चेंज होंदा ओबजैक्ट च, आई है तां मी च चेंज हो गया लैट मी, उस तों बाद काम की हो रहा पढ़ाउणा, पढ़ाउणा की हुंदा जी टीच, ਆਪਾਂ ਲਿਖਤਾ ਜੀ ਟੀਚ, ਆ ਬਣ ਗਿਆ ਸੈਂਟੈਂਸ, ਲੈਟ ਮੀ ਵਾਚ ਟੀਚ ਸੈਂਟੈਂਸ ਬਣ ਚੁੱਕਾ ਜੀ। ਠੀਕ ਹੈ ਜੀ, ਅੱਗੇ ਉਸਨੂੰ ਭਾਂਡੇ ਮਾਂਜਣ ਦਿਓ, ਹੁਣ ਉਹ ਸਾਨੂੰ ਹਟਾ ਤਾ ਹੋਣਾ ਹੈ ਜਾਂ ਉਹ ਆਗਿਆ ਲੈ ਰਿਹਾ ਜੀ ਮੈਨੂੰ ਭਾਂਡੇ ਮਾਂਜਣ ਦਿਓ, ਸਮਝ ਲਓ ਇੱਕ ਚੀਜ਼ ਹੈ ਨਾ ਜੀ, ਆਪਾਂ ਜਿਵੇਂ ਸਮਝਿਆ ਤੁਹਾਨੂੰ ਸਮਝ ਆ ਰਿਹਾ ਹੈ ਨਾ, ਉਸ ਤਰ੍ਹਾਂ ਉਹਨੂੰ ਲੈ ਕੇ ਚੱਲ ਪਿਓ, ਕੰਡੀਸ਼ਨ ਆਫ ਤੁਹਾਡੀ ਅਪਲਾਈ ਹੋਣੀ ਚਾਹੀਦੀ ਵੀ ਤੁਹਾਨੂੰ ਉਹੀ ਲੈਟ ਓਬਜੈਕਟ, ਉਸ ਤੋਂ ਬਾਅਦ ਵਰਬ ਦੀ ਵਨ ਫੋਰਮ ਲਾਉਣੀ ਹੈ, ਠੀਕ ਹੈ, ਉਸ ਤੋਂ ਬਾਅਦ ਆਪਾਂ ਨੂੰ ਜਿਹੜੀਆਂ ਸਮਝੀ ਸੀ ਮੀਨਿੰਗ ਉਹ ਸਮਝ ਆ ਰਹੇ ਤੁਹਾਨੂੰ ਉਸ ਤਰ੍ਹਾਂ ਇਹਦੇ ਵਿੱਚ, ਤਾਂ ਅਪਲਾਈ ਕਰ ਦਿਉ। ਉਸ ਤੋਂ ਬਾਅਦ ਆਪਾਂ ਪਹਿਲਾਂ ਲਾ ਲਿਆ ਜੀ ਲੈਟ, ਇਹ 'ਚ ਕੰਮ ਕੀ ਹੋ ਰਿਹਾ ਜੀ, ਇਹਦੇ ਵਿੱਚ ਕੰਮ ਸੋਚੋ ਜੀ ਪਹਿਲਾਂ ਕੀ ਹੋ ਰਿਹਾ ਹੈ ਨਾ ਜੀ, ਜਿਹ 'ਚ ਭਾਂਡੇ ਹੈਗੇ ਆ ਮਾਂਜਣਾ ਹੈਗਾ ਅਤੇ ਦਿਓ ਕੰਮ ਹੋ ਰਿਹਾ ਜੀ ਮਾਂਜਣਾ, ਇਹ ਵਾਲਾ ਇਹਨੂੰ ਵੀ ਵਨ ਲਿਖਾਂਗੇ, ਠੀਕ ਹੈ ਜੀ। ਉਸ ਨੂੰ ਹੈਗਾ ਜੀ ਸਬਜੈਕਟ, ਇਹਨੂੰ ਆਪਾਂ ਯੂਜ਼ ਕਰਾਂਗੇ ਕਿਵੇਂ, ਸਬਜੈਕਟ ਨੂੰ ਚੇਂਜ ਕਰ ਦਾਂਗੇ ਓਬਜੈਕਟ ਦੇ ਵਿੱਚ, ਠੀਕ ਹੈ ਜੀ। ਹੁਣ ਇਸ ਤੋਂ ਪਹਿਲਾਂ ਜੇ ਹੁਣ ਉਸਨੂੰ ਤੁਸੀਂ ਕਹੋਗੇ ਕੀ ਹੁੰਦਾ, ਆਪਾਂ ਇੰਗਲਿਸ਼ ਦੇ ਵਿੱਚ ਜਦੋਂ ਉਸਨੇ ਕੀਤਾ ਹੀ ਲਿਖਦੇ ਹਾਂ ਜੀ, ਜਾਂ ਸ਼ੀ ਲਿਖਦੇ ਹਾਂ ਉਸਨੇ ਕੀਤਾ, ਅਤੇ ਉਹਨਾਂ 'ਚ ਇੱਕ ਜਿਹੜਾ ਮਰਜ਼ੀ ਚੱਕ ਲਓ ਤੁਸੀਂ, ਜੇ ਤੁਸੀਂ ਹੀ ਚੱਕਣਾ ਤਾਂ ਹਿਮ ਆ ਜਾਏਗਾ, ਸ਼ੀ ਚੱਕਦੇ ਹੋ ਤਾਂ ਹਰ ਆ ਜਾਏਗਾ ਜੀ, ਠੀਕ ਹੈ ਜੀ। ਸੌਖਾ ਨੇ ਲੈਟ, ਹਰ, ਵਾਸ਼, ਕੰਮ ਹੋ ਗਿਆ ਜੀ ਮਾਂਜਣਾ, ਠੀਕ ਹੈ ਜੀ। ਵਾਸ਼ ਯੂਟੈਂਸਿਲਸ, ਉਹੀ ਉਸਨੂੰ ਭਾਂਡੇ ਮਾਂਜਣ ਦਿਓ, ਲੈਟ ਹਰ ਵਾਸ਼ ਯੂਟੈਂਸਿਲਸ, ਠੀਕ ਹੈ ਜੀ। ਭਾਂਡੇ ਹੋ ਗਏ ਯੂਟੈਂਸਿਲਸ, ਅਤੇ ਮਾਂਜਣੀ ਹੋ ਗਈ ਵਾਸ਼, ਉਸਨੂੰ ਜਿਹੜਾ ਸਬਜੈਕਟ ਸੀਗਾ ਹੀ ਜਾਂ ਆਪ ਸ਼ੀ ਸੀ, ਉਹਨੂੰ ਆਪਾਂ ਹਿਮ ਜਾਂ ਹਰ 'ਚ ਚੇਂਜ ਕਰ ਸਕਦੇ ਹਾਂ, ਇੱਥੇ ਆਪਾਂ ਹਿਮ ਵੀ ਲਿਖ ਸਕਦੇ ਹਾਂ। ਲੈਟੋ ਵੀ ਲੱਗਣਾ ਸੀ ਪਹਿਲੇ ਨੰਬਰ 'ਤੇ ਜੀ, ਹੁਣ ਥੋੜ੍ਹਾ ਜਿਹਾ ਡਿਫਰੈਂਟ ਹੈ ਇਹ, ਡਿਫਰੈਂਟ ਮਤਲਬ ਥੋੜ੍ਹੀ ਜਿਹੀ ਤੁਹਾਨੂੰ ਸਮਝ ਨਹੀਂ ਆਉਂਦਾ ਤਾਂ ਆਪਾਂ ਸਮਝਾਵਾਂਗੇ ਚੰਗੀ ਤਰ੍ਹਾਂ। ਇਹਦੇ ਵਿੱਚ ਆਪਾਂ ਨੂੰ ਪਹਿਲਾਂ ਦੇਖ ਰਹੇ ਹਾਂ ਉਹਨਾਂ ਨੂੰ ਸਰਕਾਰ ਦਾ ਵਿਰੋਧ ਕਰਨ ਦਿਓ, ਠੀਕ ਹੈ ਜੀ, ਜਾਂ ਤਾਂ ਆਗਿਆ ਲੈ ਰਹੇ ਨੇ ਵੀ ਉਹਨਾਂ ਨੂੰ ਕਰਨ ਦਿਓ ਜੀ ਹੈ ਨਾ ਜੀ ਕੰਮ, ਅਤੇ ਜਾਂ ਕੀ ਉਹਨਾਂ ਨੂੰ ਹਟਾ ਤਾ ਸੀਗਾ, ਉਹ ਕਹਿੰਦੇ ਵੀ ਇਹਨਾਂ ਨੂੰ ਕਰਨ ਦਿਓ ਜੀ, ਤਾਂ ਕਰਨਗੇ ਕਰਨਗੇ, ਠੀਕ ਹੈ, ਆਗਿਆ ਲੈ ਲਓ ਭਾਵੇਂ ਸਮਝ ਲਓ, ਭਾਵੇਂ ਸਮਝ ਲਓ ਇਹ ਹਟਾ ਤਾ ਸੀ ਉਹਨਾਂ ਨੂੰ ਕੰਮ ਕਰਨ ਤੋਂ, ਤਾਂ ਉਹ ਕਰ ਰਹੇ ਨੇ, ਠੀਕ ਹੈ ਜੀ। ਆਪਾਂ ਇਹਦੇ ਵਿੱਚ ਕੀ ਹੁਣ ਦੇਖ ਰਹੇ ਕੰਮ ਕੀ ਹੋ ਰਿਹਾ, ਉਹਨਾਂ ਨੂੰ ਸਰਕਾਰ ਵੀ ਨਹੀਂ ਕੰਮ ਹੋ ਰਿਹਾ, ਵਿਰੋਧ ਕਰਨ ਦਿਓ, ਵਿਰੋਧ ਕਰ ਰਹੇ ਜੀ ਉਹ, ਵਿਰੋਧ ਕਰਨ ਦੀ ਇੰਗਲਿਸ਼ ਆਪਾਂ ਹੁਣੇ ਦੇਖਾਂਗੇ, ਪਰ ਆਪਾਂ ਇੱਥੇ ਲਾ ਲਈਏ ਅੰਡਰਲਾਈਨ ਕਰ ਲਈਏ ਕਿ ਇਹ ਕੀ ਹੈ ਜੀ ਵੀ ਵਨ ਹੈ, ਠੀਕ ਹੈ, ਪਤਾ ਲੱਗ ਗਿਆ। ਹੁਣ ਪਹਿਲਾਂ ਲੈਟ ਤਾਂ ਯੂਜ਼ ਕਰਨਾ ਹੀ ਹੈ ਜੀ ਆਪਾਂ, ਉਸ ਤੋਂ ਬਾਅਦ ਉਹਨਾਂ, ਹੁਣ ਜੇ ਆਪਾਂ ਕਹਿੰਦੇ ਉਹਨੇ ਕੀਤਾ ਜੀ ਇਹਨੇ ਕੀਤਾ ਹੈ ਨਾ, ਆਪਾਂ ਜਦੋਂ ਕਹਿੰਦੇ ਵੀ ਉਹਨਾਂ, ਤਾਂ ਯਾਦ ਰੱਖਿਓ ਉੱਥੇ ਆਪਾਂ ਕੀ ਲੋ ਯੂਜ਼ ਕਰਦੇ ਹਾਂ ਦੇ, ਕਿਉਂਕਿ ਉਹ ਕਾਫੀ ਜਾਣੇ ਨੇ ਸਰਕਾਰ ਦੀ ਵਿਰੋਧ ਕਰ ਰਹੇ ਨੇ, ਇਕੱਲਾ ਤਾਂ ਕਰਦਾ ਨਹੀਂ, ਇਕੱਲਾ ਕਰੂਗਾ ਤਾਂ ਅਗਲੇ ਕੀ ਹੈ ਚੁਕਾ ਸਕਦੇ ਨੇ, ਪਰ ਆਪਾਂ ਸਮਝਿਆ ਕੀ ਹੈ ਉਹਨਾਂ ਦਾ ਮੀਨਿੰਗ ਹੈ ਦੇ। ਹੁਣ ਦੇ ਕਾਹ 'ਚ ਚੇਂਜ ਹੋਊਗਾ ਜੀ, ਦੇ ਹੁੰਦਾ ਜੀ ਦੈਮ ਦੇ ਵਿੱਚ, ਠੀਕ ਹੈ, ਲੈਟ ਦੈਮ। ਹੁਣ ਕੰਮ ਵਰਬ ਲਾਉਣਾ ਆਪਾਂ ਜੀ, ਵਿਰੋਧ ਕਰਨਾ ਕੀ ਹੁੰਦੀ ਇੰਗਲਿਸ਼ ਜੀ, ਓ ਡਬਲ ਪੀ ਓ ਐੱਸ ਈ ਡੀ ਅਪੋਜ਼ਡ, ਕਾਹਦੇ ਹੋ ਗਏ ਉਹ, ਵਿਰੋਧ ਕਾਹਦਾ ਕਰੀ ਜਾਂਦੇ ਸਰਕਾਰ ਦਾ, ਚੁੱਪ ਕਰਕੇ ਗੌਰਮੈਂਟ ਪਾ ਦਿਉ, ਖਤਮ, ਲੈਟ ਦੈਮ ਅਪੋਜ਼ਡ ਗੌਰਮੈਂਟ, ਠੀਕ ਹੈ ਜੀ, ਉਹਨਾਂ ਨੂੰ ਸਰਕਾਰ ਦਾ ਵਿਰੋਧ ਕਰਨ ਦਿਓ, ਲੈਟ ਦੈਮ ਅਪੋਜ਼ਡ ਗੌਰਮੈਂਟ, ਸੈਂਟੈਂਸ ਹੋ ਗਿਆ ਕੰਪਲੀਟ, ਲੈਟ ਵਾਲੀ ਸਟਰਕਚਰ ਹੋ ਗਈ। ਡਾਊਟ ਹੋਇਆ ਤਾਂ ਥੱਲੇ ਸਾਨੂੰ ਕਮੈਂਟ ਕਰਕੇ ਦੱਸ ਦਿਓ, ਜਾਂ ਇੰਸਟਾਗ੍ਰਾਮ 'ਤੇ ਆਰ ਨੌਲੇਜ ਫੋਰ ਯੂ 'ਤੇ ਮੈਸੇਜ ਕਰ ਦਿਓ। ਥੈਂਕ ਯੂ। ਹੈਲੋ ਜੀ, ਲੈਟ ਵਾਲੀ ਸਟਰਕਚਰ ਦੇ ਵਿੱਚ ਹੀ ਆਪਣੇ ਕੋਲ ਦੋ ਖਾਸ ਗੱਲਾਂ ਨੇ, ਉਹਦੇ ਵਿੱਚ ਪਹਿਲੀ ਜਿਹੜੀ ਕਿ ਖਾਸ ਹੈ ਉਹਨੂੰ ਆਪਾਂ ਲਿਖ ਲੈਂਦੇ ਹਾਂ, ਲੈਟ ਤੋਂ ਬਾਅਦ ਯੂ ਨਹੀਂ ਲੱਗਦਾ, ਇਹ ਜੀ ਯਾਦ ਰੱਖਿਓ, ਲੈਟ ਵਾਲੀ ਸਟਰਕਚਰ ਯੂਜ਼ ਕਰਾਂਗੇ, ਲੈਟ ਤੋਂ ਬਾਅਦ ਯੂ ਨਹੀਂ ਲੱਗੇਗਾ, ਠੀਕ ਹੈ, ਜਿਵੇਂ ਓਬਜੈਕਟ ਆ ਰਿਹਾ ਸੀ ਲੈਟ ਤੋਂ ਬਾਅਦ ਯੂ ਨਹੀਂ ਲੱਗੇਗਾ, ਨਹੀਂ ਲੱਗੇਗਾ, ਨਹੀਂ ਲੱਗੇਗਾ, ਇਹ ਕੰਡੀਸ਼ਨ ਹੈ ਜੀ। ਜਦੋਂ ਬਣਾਓਗੇ ਸੈਂਟੈਂਸ ਯਾਦ ਰੱਖਿਆ ਕਰੋ, ਲੈਟ ਯੂ ਵਾਚ ਟੀ ਵੀ ਇਹੋ ਜਿਹਾ ਕੁਛ ਨਹੀਂ ਹੁੰਦਾ ਜੀ, ਠੀਕ ਹੈ, ਲੈਟ ਮੀ ਵਾਚ ਟੀ ਵੀ ਹੁੰਦਾ ਜੀ, ਲੈਟ ਯੂ ਵਾਚ ਟੀ ਵੀ ਨਹੀਂ ਹੁੰਦਾ, ਤਾਂ ਯਾਦ ਰੱਖਿਓ ਯੂ ਨਹੀਂ ਲੱਗਦਾ ਲੈਟ ਤੋਂ ਬਾਅਦ। ਹਾਂਜੀ, ਅਗਲਾ ਹੈਗਾ ਕਿ ਮੈਂ ਤੁਹਾਨੂੰ ਜਾਣੂ ਕਰਾਵਾਂਗਾ, ਜਾਣੂ ਮਤਲਬ ਇੱਥੇ ਇੰਟਰੋਡਿਊਸ ਕਰਾਉਣਾ ਹੈ, ਹੋਰ ਕੋਈ ਜਾਣੂ ਨਹੀਂ ਗਾ, ਜਾਣੂ ਮਤਲਬ ਇੰਟਰੋਡਿਊਸ ਕਰਾਉਣਾ, ਮੈਂ ਤੁਹਾਨੂੰ ਜਾਣੂ ਕਰਾਵਾਂਗਾ, ਮੈਂ ਤੁਹਾਨੂੰ ਇੰਟਰੋਡਿਊਸ ਕਰਾਵਾਂਗਾ, ਹੁਣ ਇਹਦੀ ਇੰਗਲਿਸ਼ ਕੀ ਹੋ ਸਕਦੀ ਹੈ, ਇਹਦੀ ਇੰਗਲਿਸ਼ ਯਾਦ ਰੱਖਿਓ ਜੇ ਉਹ ਬਣਦੀ ਹੈ, ਤੁਸੀਂ ਕਹੋਗੇ ਇਹ ਗਲਤ ਹੈ ਕਿਉਂ ਦੱਸਦੇ ਹੋਣੇ ਆਪਾਂ, ਆਈ ਵਿਲ ਸ਼ੈਲ ਲੈਟ ਯੂ ਨੋ, ਇਹਦੀ ਸਹੀ ਇੰਗਲਿਸ਼ ਇਹ ਬਣਦੀ ਹੈ,
आई शैल लैट यू नो। ठीक है, हुण आपां उपर कंडीशन करके हटे हैं कि लैट तो बाद यू नहीं लगता, पर नीचे आपां की कर रहे हैं लैट यू नो कह रहे हैं, नाले कह रहे हैं भी सही है सेंटेंस, बिल्कुल सही है। ठीक है, क्यों हो गया जी ये याद रखियो, जदों एक यही सेंटेंस है जे ओनली वन दिस सेंटेंस जिस तो बाद लैट तो बाद यू लगेगा तो वह सही भी है। बस जिस तरह जदों इस तरह के सेंटेंस होवे उस तो बाद लैट यू नो कर सकते हो तुसीं, पर इस तरह नहीं हो सकता जिवें लैट यू वॉच टीवी। ठीक है, लैट यू टीच यह जहाँ कुछ नहीं होगा। ठीक है, इस दे विच हो सकता है, मैं तुहानू यह चीज़ इंट्रोड्यूस करवाउना यह जी थावां ते की है लैट यू कट्ठे आ सकते ने, पर लैट यू वॉच टीवी लैट यू वॉश यूटेंसिल्स यह जहाँ कुछ नहीं होगा। ये याद रखियो जदों सेंटेंस बनाने लैट दे तो आ दो चीज़ा याद रखनी तुसीं।